वेलकम टू इलेक्ट्रॉनिक वोकेशनल। आज की इस वीडियो आप टॉपिक करांगे लिसाजियस पैटर्न्स। ये पैटर्न सी आर ओ ते क्रिएट किए जाते हैं, सी आर ओ नू सिग्नल दे के इन्हां नू जनरेट करवाया जाता है। फर्दर ये पैटर्न्स की स्टडी की जाती है डिप्लोमा डिग्री लैवल दे विच। ये पैटर्न दे के उदे तो फेज डिफरेंस या फ्रीकुएंसी रेशो मेजर करने लिए कहा जाता है, लेकिन तुहाडे सिलेबस सिर्फ इसकी इंट्रोडक्शन है कि पैटर्न होंगे की ने। सब तो पहला आप इसकी डेफिनेशन करते हैं। इन्हां पैटर्नस नूं लिसाजियस कर्व, लिसाजियस फिगर या लिसाजियस पैटर्न कहा जाता है। सी आर ओ नूं एक्स वाई मोड दे विच सिलेक्ट करके इन्हां नूं क्रिएट ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਸੀ ਆਰ ਓ ਦੇ ਫਰੰਟ ਪੈਨਲ ਕੰਟਰੋਲ ਤੇ ਐਕਸ ਵਾਈ ਮੋਡ ਇੱਕ ਬਟਨ ਹੁੰਦਾ ਹੈ, ਆਪਾਂ ਉਸ ਬਟਨ ਨੂੰ ਪ੍ਰੈਸ ਕਰਾਂਗੇ। ਇਹ ਪੈਟਰਨ ਜਨਰੇਟ ਕਿਵੇਂ ਹੁੰਦੇ ਨੇ? ਜਿਹੜੀ ਆਪਣੀ ਸੀ ਆਰ ਟੀ ਸਕਰੀਨ ਹੁੰਦੀ ਹੈ ਨਾ, ਜਿਸ ਤੇ ਸਾਨੂੰ ਡਿਸਪਲੇ ਪਿਕਚਰ ਦਿਖਦੀ ਹੈ, ਵੇਵ ਫਾਰਮ ਦਿਖਦੀ ਹੈ, ਉਸ ਦੀਆਂ ਦੋ ਪਲੇਟਸ ਹੁੰਦੀਆਂ ਨੇ, ਇੱਕ ਹੋਰੀਜੈਂਟਲ ਇੱਕ ਵਰਟੀਕਲ। ਜਦੋਂ ਵੀ ਕਿਸੇ ਸਕਰੀਨ ਤੇ ਕੁਝ ਦਿਖਾਈ ਦਿੰਦਾ ਹੈ, ਉਹ ਹੋਰੀਜੈਂਟਲ ਵਰਟੀਕਲ ਡਿਫਲੈਕਸ਼ਨ ਦੇ ਕਰਕੇ ਹੀ ਸਾਨੂੰ ਦਿਖਾਈ ਦਿੰਦਾ ਹੈ। ਉਹਨਾਂ ਪਲੇਟਸ ਨੂੰ ਇਕੱਠੇ ਸਾਈਨੋਸੋਡੀਅਲ ਸਿਗਨਲ ਦਿੱਤਾ ਜਾਂਦਾ ਹੈ। ਦੇਖੋ ਮੈਂ ਤੁਹਾਨੂੰ ਇੱਥੋਂ ਦੱਸਦੀ ਹਾਂ, ਆਪਣੀਆਂ ਦੋ ਪਲੇਟਸ ਨੇ, ਆਹ ਸਾਡੀ ਸੀ ਆਰ ਟੀ ਸਕਰੀਨ ਹੈ। ਇੱਕ ਪਲੇਟ ਹੈਗੀ ਹੈ ਐਕਸ ਪਲੇਟ, ਦੂਸਰੀ ਹੈਗੀ ਹੈ ਵਾਈ ਪਲੇਟ। ਆਪਾਂ ਐਕਸ ਵਾਈ ਗ੍ਰਾਫ ਕਰਦੇ ਹਾਂ ਨਾ, ਇੱਦਾਂ ਹੁੰਦਾ ਹੈ ਐਕਸ ਵਾਈ, ਇਹ ਤੋਂ ਯਾਦ ਰਹੇਗਾ। ਐਕਸ ਪਲੇਟ ਇੱਧਰ ਨੂੰ ਹੋਰੀਜੈਂਟਲ, ਵਾਈ ਪਲੇਟ ਇੱਧਰ ਨੂੰ ਵਰਟੀਕਲ। ਐਕਸ ਪਲੇਟ ਹੋਰੀਜੈਂਟਲ ਪਲੇਟ ਹੁੰਦੀ ਹੈ, ਵਾਈ ਪਲੇਟ ਵਰਟੀਕਲ ਪਲੇਟ ਹੁੰਦੀ ਹੈ। ਜਦੋਂ ਇਹਨਾਂ ਦੋਨਾਂ ਪਲੇਟਸ ਨੂੰ ਇੱਕ ਸਾਈਨੋਸੋਡੀਅਲ ਸਾਈਨ ਵੇਵ ਦੇ ਦਿੱਤੀ ਗਈ, ਤਾਂ ਜਦੋਂ ਇਹ ਸੀ ਆਰ ਟੀ ਸਕਰੀਨ ਤੇ ਦੋਨੋਂ ਸਿਗਨਲ ਜਾਣਗੇ, ਇਹ ਇੱਕ ਪੁਆਇੰਟ ਤੇ ਜਾ ਕੇ ਆਪਸ ਚ ਇੰਟਰੈਕਟ ਕਰਨਗੇ, ਟਕਰਾਉਣਗੇ। ਜਿਸ ਪੁਆਇੰਟ ਤੇ ਇਹ ਟਕਰਾਉਣਗੇ ਇੱਥੇ, ਤਾਂ ਇੱਥੇ ਇੱਕ ਕਲੋਜ਼ ਪੈਟਰਨ ਬਣੇਗਾ। ਉਹ ਪੈਟਰਨ ਦੇ ਕਰਕੇ ਇੱਕ ਟਰੇਸ ਸਾਡੀ ਸੀ ਆਰ ਟੀ ਸਕਰੀਨ ਤੇ ਆ ਜਾਂਦਾ ਹੈ। ਉਸ ਟਰੇਸ ਨੂੰ ਕਿਹਾ ਜਾਂਦਾ ਹੈ ਲਿਸਾਜੀਅਸ ਪੈਟਰਨ। ਮੈਂ ਰਿਪੀਟ ਕਰਦੀ ਹਾਂ, ਸੀ ਆਰ ਟੀ ਸਕਰੀਨ ਦੀਆਂ ਦੋਨੋਂ ਡਿਫਲੈਕਸ਼ਨ ਪਲੇਟਸ ਹੋਰੀਜੈਂਟਲ ਤੇ ਵਰਟੀਕਲ, ਜਦੋਂ ਇਹਨਾਂ ਨੂੰ ਸਾਈਨੋਸੋਡੀਅਲ ਸਿਗਨਲਸ ਦਿੱਤੇ ਜਾਂਦੇ ਨੇ, ਤਾਂ ਸਕਰੀਨ ਦੇ ਇੱਕ ਪੁਆਇੰਟ ਤੇ ਇਹ ਦੋਨੋਂ ਸਿਗਨਲ ਆਪਸ ਦੇ ਵਿੱਚ ਮਿਕਸ ਹੁੰਦੇ ਨੇ, ਇੰਟਰੈਕਟ ਹੁੰਦੇ ਨੇ, ਤਾਂ ਉੱਥੇ ਇੱਕ ਨਵਾਂ ਟਰੇਸ ਬਣ ਕੇ ਆ ਜਾਂਦਾ ਹੈ। ਉਸ ਟਰੇਸ ਨੂੰ ਕਿਹਾ ਜਾਂਦਾ ਹੈ ਲਿਸਾਜੀਅਸ ਪੈਟਰਨ। ਜਿੱਦਾਂ ਕਿ ਇੱਥੇ ਮੈਂ ਇੱਕ ਐਗਜ਼ਾਮਪਲ ਲਈ ਹੈ, ਦੋਨਾਂ ਨੂੰ ਅਸੀਂ ਸਾਈਨ ਵੇਵ ਦਿੱਤੀ ਹੈ, ਤਾਂ ਮੇਰੇ ਕੋਲ ਜਿਹੜਾ ਟਰੇਸ ਆਇਆ ਉਹ ਕੀ ਆਇਆ? ਸਟ੍ਰੇਟ ਲਾਈਨ, ਆ ਬਲੂ ਨਾਲ ਦਿਖਾਇਆ ਹੋਇਆ। ਇਹ ਪੈਟਰਨ ਵੱਖ ਵੱਖ ਤਰ੍ਹਾਂ ਦੇ ਹੁੰਦੇ ਨੇ, ਡਿਪੈਂਡ ਕਰਦਾ ਕਿ ਤੁਸੀਂ ਜਿਹੜੀ ਇੱਥੇ ਵੇਵ ਫਾਰਮ ਹੈ ਵਰਟੀਕਲ ਨੂੰ, ਉਹ ਕਿੰਨੇ ਫੇਸ ਡਿਗਰੀ ਤੇ ਦਿੱਤੀ ਹੈ। ਇਹ ਆਪਾਂ ਅੱਗੇ ਕਰਦੇ ਹਾਂ, ਫਸਟ ਆਪਾਂ ਸਿਰਫ ਕਰ ਰਹੇ ਹਾਂ ਡਿਫਾਈਨ। ਜਿਹੜੀ ਵੇਵ ਫਾਰਮ ਸਾਡੇ ਕੋਲ ਬਣ ਕੇ ਆਉਣੀ ਹੈ, ਉਹ ਤਿੰਨ ਚੀਜ਼ਾਂ ਤੇ ਡਿਪੈਂਡ ਕਰਦੀ ਹੈ। ਸਭ ਤੋਂ ਪਹਿਲਾਂ ਕਿ ਜਿਹੜੀਆਂ ਆਹ ਵੇਵਸ ਆਪਾਂ ਅਪਲਾਈ ਕੀਤੀਆਂ ਨੇ, ਇਹਨਾਂ ਦੀ ਫ੍ਰੀਕੁਐਂਸੀ ਕੀ ਹੈ। ਦੂਸਰਾ, ਇਹਨਾਂ ਦਾ ਮੈਗਨੀਟਿਊਡ ਭਾਵ ਐਂਪਲੀਟਿਊਡ ਕੀ ਹੈ। ਤੀਸਰਾ, ਇਹਨਾਂ ਦੇ ਵਿੱਚ ਫੇਸ ਡਿਫਰੈਂਸ ਕਿੰਨਾ ਹੈ। ਇੱਕ ਫਾਰਮੂਲੇ ਨਾਲ ਇਹ ਆਪਾਂ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਜੋ ਸਾਡੀ ਹੋਰੀਜੈਂਟਲ ਹੁੰਦੀ ਹੈ ਵੀ ਐਚ, ਇਹਨੂੰ ਲਿਆ ਜਾਂਦਾ ਹੈ ਵੀ ਐਮ ਸਾਈਨ ਓਮੇਗਾ ਟੀ। ਇੱਥੇ ਲਿਆ ਜਾਂਦਾ ਹੈ ਵੀ ਵੀ ਵਰਟੀਕਲ ਵੋਲਟੇਜ, ਵੀ ਐਮ ਸਾਈਨ ਓਮੇਗਾ ਟੀ ਪਲੱਸ ਫਾਈਵ। ਦੇਖੋ ਦੋਨੋਂ ਵੇਵ ਫਾਰਮਸ ਨੂੰ ਜਦੋਂ ਅਸੀਂ ਕੰਪੇਅਰ ਕਰਦੇ ਹਾਂ, ਆਹ ਤਾਂ ਹੋ ਗਿਆ ਮੈਗਨੀਟਿਊਡ, ਆਪਾਂ ਆ ਵੀ ਦੇਖਣਾ ਹੈ। ਓਮੇਗਾ ਟੀ ਹੋ ਗਈ ਫ੍ਰੀਕੁਐਂਸੀ, ਫਾਈ ਹੋ ਗਿਆ ਫੇਸ ਡਿਫਰੈਂਸ ਦਾ ਸਿੰਬਲ। ਹੁਣ ਆਪਾਂ ਵੱਖ ਵੱਖ ਪੈਟਰਨਸ ਨੂੰ ਇਹਦੀ ਹੈਲਪ ਨਾਲ ਹੀ ਬਣਾਵਾਂਗੇ। ਆਪਾਂ ਕਰਦੇ ਹਾਂ,
एक एग्जाम्पल के तौर पर आप एक पैटर्न ड्रॉ करते हैं जिमें कि मैं तुम्हें दसिया ए अपनी इक्वेशन फॉर होरीजेंटल ए फॉर वर्टिकल दोनों वेवफॉर्म सेम ने ए प्लस फेस डिफरेंस अगर मैं फर्स्ट केस करती हाँ कि फेस डिफरेंस इज इक्वल टू 0 डिग्री इट मीनस दोनों वेवफॉर्म्स बिल्कुल सेम ने साइनोसोडियल आप अपलाई करते हैं ये वाई प्लेट नू देती ए आप देती एक्स प्लेट नू अगर तुसी इनू ग्राफ ते करोगे तो यह बहुत एग्जैक्ट बन के आएगा हूँ आप पॉइंट्स ले लेने हैं ये पॉइंट मैं ले लिया 0, 1, 2, 3, 4 सेम इधर लूंगी 0, 1, 2, 3, 4 हुण आपां जदों इत्थे सी आर टी ते इहनूं क्रिएट करांगे तां देखो 0 एंड 0 कित्थे बन रहे आ इत्थे बन रहे आ ना 0 आ गया 1 1 इधरों अगर आपां इदां ग्राफ ते करिए ते इधरों 1 कित्थे बन रहे आ ए सी पॉइंट 1 नैक्सट 2 2 फिर अपना 0 दे नाल ही आ गया 3 3 इधरों भी देख लो थ्री पॉइंट 4 अगेन सेंटर च आ गया हुण आपां पॉइंट्स नूं आपस च मिला दिंदे हां तां अपने कोल केड़ा पैटर्न बन गया स्ट्रेट लाइन अगर फेस डिफरेंस 0 है तां पैटर्न बन के आउंदा स्ट्रेट लाइन एदा ही अपना सी आर ओ वक् वक् पैटर्नस आपां नूं जनरेट करके दिंदा है ये तुहानूं सिर्फ समझाउण लई तुहाडे डाउट्स क्लीयर करन लई मैं क्रिएट कीता है तुसीं इत्थे वक् वक् तरहां दे एक्स प्लेट नूं बिल्कुल नहीं आपां चेंज करना एक्स प्लेट ते यही सिग्नल रहेगा क्योंकि उस होर कोई भी फेस डिफरेंस नहीं ऐड हैगा फॉर्मूले सिर्फ आपां इत्थे ऐड करना है पहला 0 कीता फिर आपां 30 डिग्री कर सकते हैं 60 डिग्री 90 डिग्री एंड सो ऑन जिवें जिवें तुसीं फेस डिफरेंस चेंज करी जाओगे इत्थे जिहड़ा ट्रेस बन के आऊगा वह चेंज हुंदा रहूगा मैं नोट्स के वक् वक् तरह के पैटर्नस की एक लिस्ट दिती है तुसी उसनू देख के इन्हों क्रिएट करके देख सकते हो अदरवाइज जस्ट तुहानू ये पता होना चाहिए कि केड़े केड़े पैटर्न ने तुसी उन्हां दे नेम लिख सकते हो इनू क्रिएट करन दी जरूरत नहीं हैगी ये सिर्फ समझन लई है हुण गल ये है भी लिसाजिस पैटर्न की वरतों केड़े केड़े कम्मां लई कीती जांदी है फस्ट हैगा टू मैजर फेस डिफरेंस ਆਪਾਂ ਨੂੰ ਇੱਕ ਪੈਟਰਨ ਦੇ ਦਿੱਤਾ ਜਾਊਗਾ ਆਪਾਂ ਉਹਦੇ ਤੋਂ ਕੀ ਮੈਜ਼ਰ ਕਰ ਸਕਦੇ ਹਾਂ ਦੋਨੋਂ ਵੇਵਫਾਰਮਸ ਦਾ ਫੇਸ ਡਿਫਰੈਂਸ ਦੂਸਰਾ ਫ੍ਰੀਕੁਐਂਸੀ ਰੇਸ਼ੋ ਇਹ ਦੋ ਕੰਮਾਂ ਦੇ ਲਈ ਇਹਨਾਂ ਪੈਟਰਨਸ ਦੀ ਵਰਤੋਂ ਕੀਤੀ ਜਾਂਦੀ ਹੈ ਸੋ ਇਹ ਸੀ ਤੁਹਾਡਾ ਇੰਟਰੋਡਕਸ਼ਨ ਟੂ ਲਿਸਾਜੀਅਸ ਪੈਟਰਨ ਨੈਕਸਟ ਵੀਡੀਓ 'ਚ ਆਪਾਂ ਟੌਪਿਕ ਕਰਾਂਗੇ ਸੀ ਆਰ ਟੀ ਥੈਂਕ ਯੂ